ਚਾਰ ਗੱਡੀਆਂ ਯਕੀਨ ਕਰ ਵਜੋ ਇਸ ਹਿਸਾਬ ਦੀਆਂ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਤਿਆਰ ਥੀ ਕੇ ਡਬਲ ਗਿਲਾਸ ਗੱਡੀਆਂ ਜਿਹੜੀਆਂ ਨਵੀਂ ਗੱਡੀ ਹੈ, ਨਵਾਂ ਸਫ਼ਰ ਹੈ, ਦੇਖੋ ਕਿਵੇਂ ਅੱਛਾ ਹੈ ਥੀ ਨੇ, ਕਿਵੇਂ ਵਰਤਾਓ ਥੀ ਨੇ। ਅਸਲਾਮ ਵਾਲੇਕੁਮ ਪਿਆਰੇ ਦੋਸਤੋ, ਕੀ ਹਾਲ ਚਾਲ ਹਨ, ਤਬੀਅਤ ਸੇ ਠੀਕ ਹੈ? ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਨਾਲ ਹਾਜ਼ਰ ਥੀਂਦੇ ਪਏ। ਅੱਜ ਗਿਣ ਕੇ ਮਾਸ਼ਾਅੱਲਾ ਤੁਹਾਡੇ ਵਾਸਤੇ ਬ੍ਰੈਂਡ ਟਾਈਮ ਰਾਣਾ ਅਸਗਰ ਟਰਾਂਸਪੋਰਟ ਕੰਪਨੀ ਸਾਂ, ਉਹਨਾਂ ਨੇ ਗੱਡੀਆਂ ਪਹਿਲੇ ਵੀ ਦੇਖ ਚੁੱਕੇ ਹੋਏ। ਰਾਣੇ ਸਾਹਿਬ ਦੀ ਵੀਡੀਓ ਵੀ ਅਸਾਂ ਬਣਾ ਚੁੱਕੇ ਹਾਂ। ਮਾਸ਼ਾਅੱਲਾ ਅੱਲਾਹ ਪਾਕ ਉਹਨਾਂ ਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਦੇਵੇ। ਰਾਣੇ ਸਾਹਿਬ ਦੀਆਂ ਏਸੀ ਗੱਡੀਆਂ ਕਮਾਲ ਗੱਡੀਆਂ ਹਨ ਔਰ ਗਿਣਤਰੀ ਤੋਂ ਸ਼ੁਮਾਰ ਗੱਡੀਆਂ ਹਨ। ਬਾਕੀ ਉਹਨਾਂ ਨੇ ਕੋਸਟਰ ਇਹ ਗੱਡੀ ਜਿਹੜੀ ਨਾ ਬਣਵਾਈ ਹੈ, ਬਿਲਕੁਲ ਬ੍ਰੈਂਡ ਟਾਈਮ ਬਣਵਾਏ, ਲਾਹੌਰ ਚੋਂ ਬਾਡੀ ਤਿਆਰ ਕਰਵਾ ਕੇ। ਸਾਡੇ ਨਾਲ ਬਾਈ ਮੌਜੂਦ ਹਨ, ਇਹ ਖੁਦ ਗੇਨ ਉਤਾਂ ਬਾਡੀ ਮੈਕਰਾਂ ਕੋਲ, ਬਾਡੀ ਮੈਕਰਾਂ ਕੋਲ ਬਾਡੀ VIP ਆਲਾ ਕੁਆਲਿਟੀ ਦੀ ਤਿਆਰ ਕਰਵਾ ਕੇ ਹਨ। ਇਹਨਾਂ ਕਿਨੂੰ ਅਸਾਂ ਪੁੱਛਦੇ ਹਾਂ ਬਾਡੀ ਦੇ ਬਾਰੇ 'ਚ, ਮਲੂਮਾਤ ਕਰੇ ਸੂੰ ਔਰ ਇਹ ਵੀ ਪੁੱਛੂੰ ਵੀ ਗੱਡੀ ਤੁਸੀਂ ਕਿਤਨੇ ਦੀ ਬਣਵਾਏ ਵੇ, ਕਿਵੇਂ ਬਣਵਾਏ ਵੇ, ਕਿਤਨੇ ਅਰਸੇ ਦੇ ਵਿੱਚ ਬਣਵਾਏ ਵੇ ਔਰ ਕਿੱਥਾਂ ਇਹ ਗੱਡੀ ਟਰੈਵਲ ਕਰਨ ਦੀ ਪਈ। ਟਾਈਮ ਦੇ ਲੱਗੀ ਖੜੀਏ, ਉੱਤੇ ਸਮਾਨ ਲੋਡ ਥੀਂਦਾ ਪਏ। ਇਹ ਮਾਸ਼ਾਅੱਲਾ ਸਵਾਰੀਆਂ ਜਿਹੜੀਆਂ ਨਾ ਕੁਝ ਆ ਚੁੱਕੇ ਹਨ। ਗੱਡੀ ਦਾ ਟਾਈਮ ਹੈ ਬਾਕੀ 20 ਮਿੰਟ। ਵੀਡੀਓ ਦੇ ਨਾਲ ਨਾਲ ਨਵੀਂ ਤਿਆਰ ਕਰਾ ਕੇ ਆਏ ਜੀ ਬਾਈ ਜਾਨ, ਸ਼ੇਰਾਕੋਟ ਬਾਈਪਾਸ ਲਾਹੌਰ ਤੋਂ ਇਹ ਬਾਡੀ ਮੇਕਰ ਬਾਬਰ ਦੇ ਵਰਕਸ਼ਾਪ ਜੋ ਤਿਆਰ ਥਈ ਹੈ। 22 ਦੀ ਜੀ ਗੱਡੀ ਤਿਆਰ ਕਰਕੇ ਦਿੱਤੇ ਨੇ, 3 ਗੱਡੀਆਂ ਇਹਨਾਂ ਨੇ 22 ਦਿਨਾਂ ਦੇ ਵਿੱਚ 3 ਗੱਡੀਆਂ ਬਿਲਕੁਲ ਜ਼ੀਰੋ ਤਿਆਰ ਕਰਾ ਰਹੀ, 0 ਮੀਟਰ ਮਾਸ਼ਾਅੱਲਾ ਡਬਲ ਕਲਾਸ ਗੱਡੀਆਂ ਤਿਆਰ ਥੀ ਗਏ ਹਨ ਉੱਥੋਂ ਅਤੇ ਚਾਂਦ ਰਾਤ ਨੂੰ ਗੱਡੀਆਂ ਮੁਲਤਾਨ ਆ ਚੁੱਕੀਆਂ। ਰਾਣਾ ਸਾਹਿਬ ਦੀ ਮਾਸ਼ਾਅੱਲਾ ਇੱਥਾਂ ਆਪਣੀ ਵੀ ਵਰਕਸ਼ਾਪ ਹੈ, ਮਾਰਕੀਟ ਹੈ, ਮੁਲਤਾਨ ਦੇ ਬਹੁਤ ਬੜੇ ਕਾਰੀਗਰ ਹਨ, ਲੇਕਿਨ ਉੱਥੋਂ ਤੁਸੀਂ ਲਾਹੌਰ ਦੇ ਵਿੱਚੋਂ ਕਿਉਂ ਬਾਡੀ ਤਿਆਰ ਕਰਵਾ ਕੇ ਆਏ ਵੇ, ਇਹਦੀ ਕਿਆ ਵਜ੍ਹਾ ਹੈ? ਉਹਨਾਂ ਦਾ ਮਾਸ਼ਾਅੱਲਾ ਅੱਛੀ ਗੱਡੀਆਂ ਤਿਆਰ ਕਰਾ ਕੇ ਦਿੰਦੇ ਨੇ, ਉਹਨਾਂ ਦਾ ਨਾਂ ਹੈ ਪੂਰੇ ਲਾਹੌਰ ਦੇ ਵਿੱਚ ਨਾ। ਅੱਛਾ, ਅਤੇ ਇਸ ਵਜ੍ਹਾ ਕੋਲ ਅਸਾਂ ਲਾਹੌਰੋਂ ਤਿਆਰ ਕਰਾਏ ਨੇ ਗੱਡੀਆਂ। ਬਾਕੀ ਵੀ ਇਨਸ਼ਾਅੱਲਾ ਸਾਡੇ 4 ਗੱਡੀਆਂ ਲਾਹੌਰੋਂ ਤਿਆਰ ਥੀ ਗਏ ਆਉਣ ਨੇ 1 ਤਰੀਕ ਤੋਂ ਬਾਅਦ। ਟੋਟਲ ਨਾਂ ਏ ਸੀ? ਨਾਂ ਏ ਸੀ ਗੱਡੀਆਂ ਤਿਆਰ ਥੀ ਗਈਆਂ। ਅੱਛਾ, ਪਹਿਲੇ ਤਾਂ ਇਹ ਏਸੀ ਗੱਡੀਆਂ ਤਿਆਰ ਕਰਵੇ ਨੇ, ਹੁਣ ਇਹਨਾਂ ਕੋਲ ਨਾਂ ਏ ਸੀ ਦਾ ਕਿਵੇਂ ਸ਼ੌਕ ਲੱਗੇ? ਬਸ ਜੀ ਰਾਣਾ ਸਾਹਿਬ ਦੀ ਇੱਕ ਜਿਹੜੀ ਨਾ ਦਿੱਲੀ ਖਾਹਿਸ਼ ਆਈ, ਜਿਹੜੀ ਜਿਹਦੀ ਵਜ੍ਹਾ ਕਨੂੰ ਰਾਣਾ ਸਾਹਿਬ ਆਖਿਆ ਜੀ ਮੈਂ ਦੁਬਾਰਾ ਇੱਕ ਦਫਾ ਨਾਨ ਏ ਸੀ ਚਲਵਾਵਾਂ। ਮਾਸ਼ਾਅੱਲਾ, ਗੱਡੀਆਂ ਨਾਨ ਏ ਸੀ ਵੈਸੇ ਵੀ ਉਹ ਖੂਬਸੂਰਤੀ ਦੇ ਵਿੱਚ ਖੂਬਸੂਰਤ ਹੋ ਜਾਣ ਔਰ ਅੱਛਾ ਔਰ ਪਿਆਰੀਆਂ ਗੱਡੀਆਂ ਲੱਗਦੇ ਹਨ। ਉਸਤਾ ਜੀ ਇਹ ਦੱਸਾਓ ਇਹ ਗੱਡੀ ਜਿਹੜੀ ਹੈ ਨਾ ਕਿੱਥਾਂ ਟਰੈਵਲ ਕਰਨ ਦੀ ਪਈ? ਮਾਸ਼ਾਅੱਲਾ ਟਾਈਮ ਦੇ ਲੱਗੀ ਖੜੀ ਹੈ, ਇਹ ਦੋਸਤ ਕੁਝ 2-4 ਸਵਾਰੀਆਂ ਜਿਹੜੀਆਂ ਨੇ ਇਹ ਵੀ ਮੌਜੂਦ ਹਨ, ਸਮਾਨ ਵੀ ਲੋਡਿੰਗ ਥੀਂਦਾ ਪਿਆ, ਕਿੱਥਾਂ ਵੇਂਦੇ ਪਿਓ? ਇਹ ਸਹੀ ਕਸੂਰ ਵੇਂਦੇ ਪਏ, ਬਾਹਰ ਰਸਤਾ ਪੂਰਾ ਵੈੜੀ ਆਰਾ ਫਲਾ ਪਾਕ ਪਤਨ ਦਿਬਾਲਪੁਰ ਅਤੇ ਕਸੂਰ ਚੁੰਗੀ ਅੰਮ੍ਰਿਤਸਦੋ। ਠੀਕ ਹੈ ਜੀ। ਉਸਤਾ ਜੀ ਇੱਥੋਂ ਕਿਤਨੇ ਵਜੇ ਗੱਡੀ ਨਿਕਲਦੀ ਪਈ, ਕਿਹੜੇ ਸਟੈਂਡ ਤੋਂ ਨਿਕਲਦੀ ਪਈ ਔਰ ਉੱਥਾਂ ਕਿਤਨੇ ਵਜੇ ਪਹੁੰਚ ਕਰੇਂਦੀ ਪਈ ਹੈ? ਇਹ ਤੋਂ ਇਨਸ਼ਾਅੱਲਾ ਹੁਣ ਮਾਸ਼ਾਅੱਲਾ ਦੇ ਹੁਕਮ ਨਾਲ 2 ਵਜੇ ਇੱਥੋਂ ਨਿਕਲ ਸੀ ਇਨਸ਼ਾਅੱਲਾ, ਰਾਤੀ ਤਕਰੀਬਨ ਕੋਈ 8 ਵਜੇ ਕਸੂਰ। ਰਾਤ ਕੋ 8 ਵਜੇ ਕਸੂਰ, ਕਿਤਨੇ ਕਿਲੋਮੀਟਰ ਸਫ਼ਰ ਹੈ? ਅਤੇ ਚੁੰਗੀ ਦੇ ਇਹਨਾਂ ਦੀ ਪਹੁੰਚ 10 ਵਜੇ ਦੀ। ਠੀਕ ਹੈ ਨਾ, ਅਤੇ ਇੱਥੋਂ ਇਨਸ਼ਾ ਸਫ਼ਰ ਬਣ ਵੇਂਦੇ ਕੋਈ 500 ਕਿਲੋਮੀਟਰ। 500 ਕਿਲੋਮੀਟਰ ਸਫ਼ਰ ਬਣ ਜੀ, 450 ਤੋਂ 500 ਕਿਲੋਮੀਟਰ ਸਫ਼ਰ ਇਹਦਾ। ਮੋਟਰਵੇਅ ਉੱਤੇ ਸਫ਼ਰ ਨਹੀਂ ਵੇ ਕਰੇਂਦੇ? ਨਹੀਂ ਨਹੀਂ, ਬਾਹਰ ਰਸਤਾ GT ਰੋਡ ਵੇਂਦੇ। ਅੱਛਾ ਹਾਂਜੀ। ਅੱਛਾ, ਇਹ ਉੱਤੇ ਜਿਹੜਾ ਲੋਡਿੰਗ ਕਰੇਂਦੇ ਪਏ, ਇਹਦੇ ਕੋਈ ਚਲਾਨ ਵਗੈਰਾ ਤਾਂ ਨਹੀਂ ਥੀਂਦੇ ਤੁਹਾਕੋ? ਨਹੀਂ ਸਹੀ, ਇਤਨੇ ਕਹਿ ਨਹੀਂ ਥੀਂਦੇ, ਬਸ ਇਹ ਕਿ ਕੋਈ ਕਿਸੇ ਟਾਈਮ ਕੋਈ ਆਵੇ ਅਫਸਰ ਦੇ ਵੱਲ ਕੋਈ ਕਰ ਦਿੰਦੇ, ਵੈਸੇ ਹੁੰਦੇ ਚਲਾਨ ਵਗੈਰਾ ਕੋਈ। ਹਾਂਜੀ। ਕਿਤਨਾ ਕਿਰਾਇਆ ਉਸਾ ਜੀ ਲਈ ਖੜੇ ਵੇ ਗੱਡੀ ਦਾ? ਇਹਦਾ ਕਿਰਾਇਆ ਜੀ ਕਸੂਰ ਦਾ 1700 ਰੁਪਇਆ। 1700 ਰੁਪਏ? ਹਾਂਜੀ। ਅੱਛਾ, ਸਵਾਰੀਆਂ ਤੁਹਾਡੇ ਕੋਲ ਬਿਲਕੁਲ ਮੁਤਮੈਨ ਹੈ? ਜੀ ਜੀ ਬਿਲਕੁਲ ਮੁਤਮੈਨ ਹੈ। ਇਹ ਦੱਸੋ ਜੋ ਇਹ ਗੱਡੀ ਜਿਹੜੀ ਹੈ ਨਾ ਬਾਡੀ ਕਿਤਨੇ ਦੀ ਤਿਆਰ ਕਰਵਾਏ ਵੇ, ਫਰੇਮ ਨਵਾਂ ਘੇਨਾਏ ਵੇ ਜਾਂ ਫਰੇਮ ਪੁਰਾਣਾ ਇੰਜਣ ਨਵਾਂ ਰੱਖੇ ਵੇ, ਇਹਦੀ ਥੋੜ੍ਹਾ ਜਿਹਾ ਵਜ਼ਾਹਤ ਕਰੇ ਸੋ ਦੋਸਤ ਜਿਹੜੇ ਡੇਦੇ ਬੈਠਣ ਉਹਨਾਂ ਨੂੰ ਤਾਂ ਕਿ ਪਤਾ ਲੱਗੇ। ਨਹੀਂ ਮਾਸ਼ਾਅੱਲਾ, ਇਹ 17 ਮਾਡਲ ਫਰੇਮ ਹਨ ਸਹੀ, ਇਹਨਾਂ 'ਤੇ ਬਾਡੀਆਂ ਅਸੀਂ ਤਿਆਰ ਕਰਾਇਆ ਸੀ, ਹੁਣ ਇਨਸ਼ਾਅੱਲਾ ਦੇ ਹੁਕਮ ਨਾਲ 50 ਲੱਖ ਰੁਪਇਆ ਨੇ ਤਾਂ ਲੱਗਿਆ ਜੀ 4 ਗੱਡੀਆਂ 'ਤੇ। ਠੀਕ ਹੈ ਨਾ, 4 ਬੱਡੀਆਂ ਉੱਥੋਂ ਤਿਆਰ ਕਰਾਇਆ ਸੀ ਅਤੇ ਇਹਨਾਂ ਦੇ ਰੁਪਈਏ 50-50 ਲੱਖ ਰੁਪਏ ਉਹਨਾਂ ਨੇ ਦਿੱਤੇ। 50 ਲੱਖ ਰੁਪਏ ਸਿਰੇ ਬਾਡੀ ਔਰ ਸੀਟਾਂ ਦੇ ਲੱਗੇ? ਜੀ ਜੀ, ਮੁਕੰਮਲ ਗੱਡੀ ਜਿਹੜੀ ਬਣ ਕੇ ਆਈ ਹੈ ਤਿਆਰ ਠੀਕ ਹੈ ਨਾ, 50 ਲੱਖ ਰੁਪਏ ਹੁੰਦੇ ਫਰੇਮ ਅਤੇ ਇੰਜਣ ਤੋਂ ਇਲਾਵਾ? ਇਲਾਵਾ ਸਰ। ਅੱਛਾ, ਇਹ ਗੱਡੀ ਅਗਰ ਫਰੇਮ ਇੰਜਣ ਬਾਡੀ ਟੋਟਲ ਮੁਕੰਮਲ ਤਿਆਰ ਕਰਾਵਣ ਕਰਾ ਦਿਓ ਹੀ ਪੋਜੀਸ਼ਨ ਦੇ ਵਿੱਚ, ਕਿਤਨੇ ਦੀ ਗੱਡੀ ਬਣ ਵੇ ਸੀ? ਇਸੇ ਬਣ ਵੇ ਸੀ ਤਕਰੀਬਨ ਕੋਲ 2.25 ਕਰੋੜ ਰੁਪਏ ਦੀ ਗੱਡੀ ਬਣ ਤਿਆਰ ਜੀ। ਜੀ ਹੀ ਟਾਈਮ ਇਹਦੀ ਕਿਆ ਕੀਮਤ ਹੋ ਸੀ ਅੰਦਾਜ਼ਾ? ਇਸ ਟਾਈਮ ਇਹਨਾਂ ਕਰੀਮ ਤਕਰੀਬਨ ਕੋਈ 2 ਕਰੋੜ ਰੁਪਇਆ। ਜੀ, 17 ਮਾਡਲ? 17 ਮਾਡਲ ਗੱਡੀ ਜੀ। ਈਦ ਤੋਂ ਤੇ ਐਵੇਂ ਮਤਲਬ ਕਿਤਵਾ ਚੱਕਰ ਹੈ ਜਿਹੜਾ ਹੁਣ ਵੇਂਦੇ ਪਏ ਵੇ? ਮਾਸ਼ਾਅੱਲਾ ਇਹਨਾਂ ਨੂੰ ਅੱਜ ਠੀਕ ਹੈ ਨਾ, ਆਇਆ ਗਨੂੰ ਇਹ ਦੇ ਗਨੂੰ ਕੋਈ 8ਵੀਂ ਜਵਾਨ ਰਹੇ ਸੀ ਆਏ 8ਵੀਂ 5ਵੀਂ 6ਵੀਂ ਫੇਟ ਚੱਲਦੀ ਪਈ ਹੈ। ਹਾਂਜੀ, ਬਿਲਕੁਲ ਫੇਟ ਚੱਲਦੀ। ਮਾਸ਼ਾਅੱਲਾ, ਸ਼ੁਕਰ ਅਲਹਮਦੁਲਿਲਾ, ਅੱਲਾ ਪਾਕ ਦਾ ਬੜਾ ਕਰਮ ਹੈ, ਬੜੀ ਅੱਛੀ ਗੱਡੀ ਵੇਂਦੀ ਖੜੀ ਹੈ, ਸਵਾਰੇ ਮੁਤਮੀਨ ਹਨ ਪਿਆ ਠੀਕ ਹੈ ਨਾ, ਅਤੇ ਅੱਲਾ ਦੇ ਹੁਕਮ ਨਾਲ ਬਿਲਕੁਲ ਮਾਸ਼ਾਅੱਲਾ, ਅੱਲਾ ਪਾਕ ਅੱਲਾ ਰਾਣਾ ਸਾਹਿਬ ਕੋਈ ਜ਼ਿੰਦਗੀ ਦੇਵੇ ਨਾ ਉਹਨਾਂ ਤੋਂ ਕੋਈ ਠੀਕ ਹੈ ਨਾ। ਗੱਡੀ ਸਟਾਰਟ ਥੀ ਚੁੱਕੀ ਹੋਈ ਦੋਸਤੋ, ਬਹੁਤ ਸ਼ੁਕਰੀਆ ਉਸਾ ਜੀ, ਅੱਲਾ ਪਾਕ
ਤੁਹਾਨੂੰ ਆਪਣੀ ਹਿਫਜ਼ੋ ਅਮਾਨ ਰੱਖੇ, ਖੈਰ ਖਰੀਅਤ ਨਾਲ ਗਿਣ ਵਜੇ ਔਰ ਖੈਰ ਖਰੀਅਤ ਨਾਲ ਗਿਣ। ਆਮੀਨ ਆਮੀਨ। ਤੁਹਾਡਾ ਨਾਮ? ਰਾਣਾ ਤਾਰਿਕ। ਰਾਣਾ ਤਾਰਿਕ ਸਾਹਿਬ ਜਿਹੜੇ ਨਾ ਤੁਸੀਂ ਕਰੈਕਟ ਹੀ ਕਰਿਆ ਦੇਵੇ? ਨਹੀਂ ਜੀ, ਮੈਂ ਰਾਣਾ ਸਾਹਿਬ ਹੋਰਾਂ ਦਾ ਫੋਰਮੈਨ ਵੀ ਹਾਂ ਅਤੇ ਉਹਨਾਂ ਦਾ ਪਰਸਨਲ ਡਰਾਈਵਰ ਵੀ ਹਾਂ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਪਾਕ ਤੋਂ ਖੁਸ਼ ਰੱਖੇ ਰਾਣਾ ਸਾਹਿਬ, ਅੱਲਾ ਪਾਕ ਤੁਹਾਨੂੰ ਆਪਣੀ ਹਿਫਜ਼ੋ ਅਮਾਨ ਰੱਖੇ, ਅੱਲਾ ਪਾਕ ਰਾਣਾ ਸਾਹਿਬ ਦੇ ਕਾਰੋਬਾਰ ਦੇ ਵਿੱਚ ਬਰਕਤ ਅਤਾ ਫਰਮਾਵੇ। ਰਾਣਾ ਸਾਹਿਬ ਬਹੁਤ ਹੀ ਅੱਛੇ ਔਰ ਨਾਈਸ ਇਨਸਾਨ ਹੈ, ਯਕੀਨ ਕਰ ਵਜੋ। ਮੈਂ ਲਾਈਵ ਮੁਲਾਕਾਤ ਕੀਤੀ ਹੈ ਉਹਨਾਂ ਨਾਲ, ਦਫ਼ਤਰ ਦੇ ਵਿੱਚ ਬਹੁਤ ਅੱਛੇ ਇਨਸਾਨ ਹਨ, ਅੱਲਾ ਪਾਕ ਉਹਨਾਂ ਨੂੰ ਖੁਸ਼ ਰੱਖੇ। ਇਹ ਹੁਣ ਸਾਡੇ ਨਾਲ ਜਿਹੜਾ ਇਹਨਾਂ ਦੇ ਦੋਸਤ ਜਿਹੜੇ ਸਫ਼ਰ ਕਰਨ ਦੇ ਪਏ, ਇਹਨਾਂ ਨੂੰ ਅਸਾਂ ਪੁੱਛਦੇ ਹਾਂ। ਅਸਲਾਮ ਅਲੈਕੁਮ ਸਹੀ ਸਾਜੀ, ਸੁਣਾਓ। ਠੀਕ ਹੈ ਜੀ। ਸਫ਼ਰ ਕਰਨ ਦੇ ਪਏ ਹੋ? ਜੀ ਸਫ਼ਰ ਕਰ। ਪਹਿਲੇ ਵੀ ਸਫ਼ਰ ਕਰਨ ਦੇ ਪਏ ਜਾਂ ਪਹਿਲੀ ਦਫ਼ਾ ਕਰਨ? ਪਹਿਲੇ ਵੀ ਕਰਨੇ ਹੈ। ਅੱਛਾ, ਕਿਵੇਂ ਕਿਤਨਾ ਕਿਰਾਇਆ ਦਿੱਤੀ ਬੇਟੇ ਵੇ? ਕਿੱਥਾਂ ਵੇਂਦੇ ਪਏ ਵੇ? ਮੈਂ ਪਾਕ ਪਤਨ ਸ਼੍ਰੀ ਵਾਂ ਵਿਆ, ਬਾਬਾ ਫਰੀਦ। ਬਾਬਾ ਫਰੀਦ, ਕਿਤਨਾ ਕਿਰਾਇਆ ਦਿੱਤੀ ਬੇਟੇ ਵੇ? ਹਜ਼ਾਰ ਰੁਪਿਆ। ਹਜ਼ਾਰ ਰੁਪਿਆ। ਅੱਛਾ, ਕਿਵੇਂ ਸਫ਼ਰ ਕਰਨ ਦੇ ਵੇ? ਬਿਲਕੁਲ ਅਮਲਾ ਕੈਸੇ ਹਿਸਾਬ ਦਾ, ਇਖਲਾਕ ਕਿਵੇਂ ਅਮਲੇ ਦਾ? ਦੇਖੋ ਜੀ, ਪਹਿਲੇ ਤਾਂ ਵੇਨੇ ਸਹੀ ਇਖਲਾਕ ਹੁੰਦੇ, ਹੁਣ ਇੱਕ ਨਵੀਂ ਗੱਡੀ ਹੈ, ਨਵਾਂ ਸਫ਼ਰ ਹੈ, ਦੇਖੋ ਕਿਵੇਂ ਅੱਛਾ ਹੈ ਥੀਨੇ, ਕਿਵੇਂ ਵਰਤਾਓ ਥੀਨੇ, ਕਿਆ ਹਿਸਾਬ ਕਿਤਾਬ। ਅੱਲਾ ਕਾ ਬਲੂ ਖੈਰ ਬਲੂ, ਅੱਛਾ ਸਫ਼ਰ ਕਾਮਯਾਬ ਜੀ। ਇਨਸ਼ਾ ਅੱਲਾ ਜ਼ਰੂਰ ਅੱਛਾ ਸਫ਼ਰ ਜੀ, ਜ਼ਰੂਰ ਅੱਲਾ ਬਾਤ ਆਪਣੀ ਹਿਫਜ਼ੋ ਅਮਾਨ ਰੱਖੇ, ਖੈਰ ਖਰੀਅਤ ਨਾਲ ਖੈਰ ਗੇਨ ਵਜੇ। ਤੁਸੀਂ ਭਾਈਜਾਨ ਸਫ਼ਰ ਕਰਨ ਦੇ ਪਿਓ? ਜੀ ਭਾਈ ਜੀ। ਪਹਿਲੀ ਦਫਾ ਕਰਨ ਦੇ ਪਿਓ ਜਾਂ ਪਹਿਲੇ? ਨਹੀਂ ਸਰ, ਮੈਂ ਤਾਂ ਆਉਂਦਾ ਜਾਂਦਾ ਰਹਿੰਦਾ ਹੁੰਦਾ। ਆਉਂਦੇ ਵੇਂਦੇ ਰਹਿ ਵੇਂਦੇ ਵੇ। ਕਿਆ ਕਿਸ ਹਿਸਾਬ ਨਾਲ ਇਹਨਾਂ ਦੀ ਟਰਾਂਸਪੋਰਟ ਹੈ, ਕਿਵੇਂ ਸਫ਼ਰ ਕਰਨ ਦੀ ਹੈ, ਕਿਆ ਸਹੂਲਤ ਦਿੰਦੀ ਹੈ ਤੁਹਾਨੂੰ, ਕਿਆ? ਨਹੀਂ ਮਾਸ਼ਾਅੱਲਾ, ਟਰਾਂਸਪੋਰਟ ਤਾਂ ਠੀਕ ਹੈ ਜੀ, ਅਮਲਾ ਵੀ ਬਾ ਅਖਲਾਕ ਹੈ ਜੀ ਇਹਨਾਂ ਦਾ ਨਾ ਜੀ। ਹਾਂਜੀ, ਮੈਂ ਅਕਸਰ ਰਾਤ ਨੂੰ ਉਧਰੋਂ ਵੀ ਆਵਾਂ, ਇਧਰੋਂ ਜਾਵਾਂ ਨਾ ਜੀ, ਇਹਨਾਂ ਦਾ ਰਾਬਤਾ ਨੰਬਰ ਹੈਗਾ ਜੀ। ਠੀਕ ਹੈ, ਇਹਨਾਂ ਨੂੰ ਕਾਲ ਕਰ ਦਿੰਦੇ, ਬਹੁਤ ਅੱਛੇ ਤਰੀਕੇ ਨਾਲ ਲੈ ਕੇ ਆਉਂਦੇ ਨੇ, ਪਾਰਸਲ ਕੋਈ ਹੋਵੇ, ਸਮਾਨ ਹੋਵੇ, ਕਿਸੇ ਚੀਜ਼ ਦਾ ਵੀ ਇਹਨਾਂ ਨੂੰ ਕਹਿ ਦਈਏ, ਸਵਾਰੀਆਂ ਘਰ ਦੀਆਂ ਵੀ ਹੋਣ ਨਾ ਜੀ, ਬਾ ਦੀ ਦੀਆਂ ਬਹੁਤ ਅੱਛੇ ਤਰੀਕੇ ਨਾਲ ਅੱਗੋਂ ਰਕਸ਼ੇ 'ਚ ਬਾ ਕੇ ਬੜੀ ਇਤਿਆਤ ਨਾਲ ਕਰਦੇ ਨੇ, ਬਹੁਤ ਅੱਛਾ ਹਮਲਾ ਇਹਨਾਂ ਦਾ ਜੀ, ਬਾ ਅਖਲਾਕ ਹਮਲਾ। ਤਾਂ ਸ਼ੁਕਰੀਆ ਜੀ। ਕਿੱਥੇ ਸਫ਼ਰ ਕਰਦੇ ਪਏ ਹੋ? ਮੈਂ ਜੀ ਬੂਰੇ ਵਾਲੇ ਦਾ ਹੁਣ ਜਾ ਰਿਹਾ ਜੀ, ਵੈਸੇ ਮੈਂ ਦੀਪਾਲਪੁਰ ਤੱਕ ਜਾਂਦਾ। ਕਿੰਨਾ ਕਿਰਾਇਆ ਲੈਂਦੇ ਪਏ ਨੇ ਤੁਹਾਡੇ ਕੋਲ? ਬੂਰੇ ਵਾਲੇ ਦਾ 500 ਰੁਪਏ ਜੀ। 500 ਰੁਪਏ ਕਿੰਨੇ ਕਿਲੋਮੀਟਰ ਦੇ? ਇਹ ਤੋਂ ਬਣ ਜਾਂਦਾ 150 ਕਿਲੋ। ਇਸ ਕਿਰਾਏ 500 ਦੇ ਉੱਤੇ ਤੁਸੀਂ ਮੁਤਮੈਨ ਹੋ? ਕਿਰਾਇਆ ਜ਼ਿਆਦਾ ਦੇ? ਨਹੀਂ ਨਹੀਂ ਨਹੀਂ, ਕਿਰਾਇਆ ਠੀਕ ਹੈ ਜੀ। ਨਹੀਂ ਲੱਗਦਾ ਆਪਾਂ ਖੁਸ਼ ਰੱਖੇ, ਖੈਰ ਖਰੀਅਤ ਨਾਲ ਜਾਓ ਸਾਜੀ। ਅੱਛਾ, ਇੱਕ ਹੋਰ ਦੋਸਤ ਨੇ ਸਾਡੇ ਨਾਲ, ਇਹਨਾਂ ਨਾਲ ਅਸੀਂ ਗੱਲ ਕਰਾਂਗੇ ਅਤੇ ਇਨਸ਼ਾਅੱਲਾ ਫਿਰ ਵੀਡੀਓ ਦਾ ਐਂਡ ਕਰਾਂਗੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਬਾਈ ਜਾਨ, ਕੀ ਹਾਲ ਹੈ? ਠੀਕ ਹੈ ਬਾਈ ਜਾਨ। ਕਿੱਥੇ ਜਾਂਦੇ ਪਿਓ? ਬੂਰੇ ਵਾਲੇ। ਬੂਰੇ ਵਾਲੇ, ਕਿੰਨਾ ਕਿਰਾਇਆ ਦਿੱਤਾ ਹੈ? 1000 ਰੁਪਏ। 1000 ਰੁਪਇਆ? 1000 ਰੁਪਇਆ ਠੀਕ ਹੈ ਕਿਰਾਇਆ? ਠੀਕ ਹੈ। ਜ਼ਿਆਦਾ ਤਾਂ ਨਹੀਂ? ਨਹੀਂ। ਅਮਲੇ ਦਾ ਇਖਲਾਕ ਕਿਵੇਂ? ਠੀਕ ਹੈ, ਜ਼ਬਰਦਸਤ ਹੈ। ਚਲੋ ਜੀ, ਅੱਲਾ ਪਾਕ ਖੁਸ਼ ਰੱਖੇ। ਦੋਸਤੋ, ਇਹ ਹੈ ਅੱਜ ਦੀ ਵੀਡੀਓ, ਰਾਣਾ ਟਰਾਂਸਪੋਰਟ ਕੰਪਨੀ, 4 ਗੱਡੀਆਂ, ਇਵੇਂ ਨਾ ਬਾਈ ਜਾਨ, 4 ਗੱਡੀਆਂ, ਯਕੀਨ ਕਰ ਵਜੋ ਇਸ ਹਿਸਾਬ ਦੀਆਂ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਤਿਆਰ ਥੀ ਕੇ, ਡਬਲ ਗਿਲਾਸ ਗੱਡੀਆਂ ਜਿਹੜੀਆਂ ਇਹਨਾਂ ਉਹ ਆ ਚੁੱਕੇ ਨਹੀਂ ਤਾਂ, ਮਾਸ਼ਾਅੱਲਾ ਇਹ ਹੁਣ ਟਾਈਮ ਦੇ ਉੱਤੇ ਚੱਲਦਿਆਂ ਪੈਣ। ਅੱਛਾ ਬਾਈ ਜਾਨ, ਇਹ ਦੱਸੇ ਸੋ ਜੋ ਇਹ ਟੋਟਲ ਜਿਹੜੀਆਂ 4 ਗੱਡੀਆਂ ਬਣਵਾਏ ਵੇ, ਹੀ ਰੂਟ ਤੇ ਚੱਲਦੇ ਪਏ? ਜੀ ਜੀ ਮਾਸ਼ਾਅੱਲਾ, ਇਹ ਰੋਡ ਤੇ ਚੱਲਦੇ ਪੈਣ, ਵੈਸੇ ਗੱਡੀਆਂ 8.5 ਚੱਲਦੇ ਪੈਣ, ਇਹ ਜਿਹੜੇ 4 ਨਵੇਂ ਤਿਆਰ ਠੀਕ ਹਨ, ਇਹ ਵੀ ਰੋਡ ਤੋਂ ਚੁੰਗੀ ਅਮਰ ਸਦੂ ਲੋੜ। ਅੱਛਾ, ਕਿੰਨੇ ਘੰਟੇ ਬਾਅਦ ਤੁਹਾਡੀ ਗੱਡੀ ਇੱਥੋਂ ਨਿਕਲਦੀ ਪਈ? ਹਰ ਘੰਟੇ ਬਾਅਦ ਗੱਡੀ ਨਿਕਲ ਜਾਂਦੀ ਹੈ। ਠੀਕ ਹੈ ਜੀ ਦੋਸਤੋ, ਉਮੀਦ ਕਰੇ ਨੇ ਅੱਜ ਦੀ ਜਿਹੜੀ ਰਾਣਾ ਟਰਾਂਸਪੋਰਟ ਨਾਨ ਏਸੀ ਗੱਡੀ ਲਾਹੌਰ ਵਿੱਚੋਂ ਬਾਡੀਆਂ 4 ਬਣ ਕੇ ਆਏ ਹਨ। ਉਮੀਦ ਕਰੇ ਨੇ ਤੁਹਾਨੂੰ ਇਹ ਗੱਡੀਆਂ ਪਸੰਦ ਆਇਆ ਹੋ ਸਨ। ਅਗਰ ਤੁਹਾਨੂੰ ਗੱਡੀਆਂ ਪਸੰਦ ਹੈ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰੋ। ਸੋ ਵੱਲ ਮਿਲ ਸੂ ਇਨਸ਼ਾਅੱਲਾ ਕਈ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼।